ਸ੍ਰੀਕਾਲ ਜੀ। ਸਤਿ ਸ਼੍ਰੀਅਕਾਲ ਜੀ ਭਾਜੀ, ਇੱਥੇ ਪਤਾ ਲੱਗਾ ਕਿਰਾਏ ਤੇ ਰਹਿਣ ਲਈ ਰੂਮ ਵੀ ਮਿਲ ਜਾਂਦੇ ਆ? ਹਾਂਜੀ ਸਰ, ਅੰਦਰ ਹੀ ਆ ਜਾਓ ਸਰ, ਅੰਦਰ ਹੀ ਆ ਜਾਓ। ਹਾਂਜੀ ਸਰ, ਰੂਮ ਵਾਸਤੇ ਆਏ ਸੀਗੇ। ਆ ਜਾਓ ਸਰ, ਇਹ ਬਹਿ ਜਾਓ, ਬੈਠੋ ਸਰ। ਸਰ ਉਹ ਭਾਜੀ ਉਹਨਾਂ ਨੇ ਦੱਸਿਆ ਸੀਗਾ ਜੀ ਕਿ ਤੁਸੀਂ ਉਹ ਕਿਰਾਏ ਤੇ ਰਹਿਣ ਲਈ ਰੂਮ ਦਿੰਦੇ ਆ, ਤੇ ਸਰ ਕੀ ਚਾਰਜਸ ਆ ਸਰ ਰੂਮ ਦੇ? ਸਰ ਯੈਸ ਸਰ, ਵੀ ਹੈਵ ਰੂਮਸ ਅਵੇਲੇਬਲ, ਡਬਲ ਸ਼ੇਅਰਿੰਗ ਐਂਡ ਟ੍ਰਿਪਲ ਸ਼ੇਅਰਿੰਗ, ਵਿਚ ਵਨ ਡੂ ਯੂ ਵਾਂਟ? ਸਰ ਮੈਨੂੰ ਤਾਂ ਇੱਕ ਸਿੰਗਲ ਰੂਮ ਚਾਹੀਦਾ ਜੀ, ਤੇ ਉਹਦੇ ਕੀ ਚਾਰਜਸ ਆ ਸਰ? ਵੀ ਚਾਰਜ 5000 ਫੋਰ ਡਬਲ ਸ਼ੇਅਰਿੰਗ ਐਂਡ 6000 ਫੋਰ ਟ੍ਰਿਪਲ ਸ਼ੇਅਰਿੰਗ। ਯਾਰ ਲੱਗਦਾ ਤੇ ਇਹ ਪੰਜਾਬ ਦਾ ਹੀ ਆ, ਬੋਲੀ ਅੰਗਰੇਜ਼ੀ ਜਾਂਦਾ ਆ। ਸਰ ਕੀ ਅਸੀਂ ਪੰਜਾਬੀ 'ਚ ਗੱਲ ਕਰ ਸਕਦੇ ਹਾਂ? ਕੋਈ ਗੱਲ ਨਹੀਂ ਸੋਨੀ ਸਿਆ, ਤੈਨੂੰ ਵੀ ਆਉਂਦੀ ਤਰੰਡੂ ਭਾਸ਼ਾ, ਪਾ ਦੇ ਫਿਰ ਗੇਮ। ਆਰ ਯੂ ਸਟੂਡੈਂਟ? ਮੈਂ ਮਲੇਪਾ ਰਿਆਸ਼ ਰੂਪ ਮੱਕ ਰੱਖਦਾ ਸੀਗਾ, ਨੂੰ ਮੇਰੀ ਥੀਏ ਲਦਵੀ ਈ ਆਏਗੀ, ਮੈਂ ਥੀਏ ਮਕਰਾ ਐਲ ਐਲ ਈ ਈ ਆਇਆ। ਵਟ? ਐਮ ਲੇਪਾ ਰਿਆਸ਼ ਰੂਪ ਮੱਕ ਰੱਖਦਾ ਕੀ ਸਾ, ਨੂੰ ਮੇਰੀ ਥੀਏ ਲਦਵੀ ਈ ਹੋਏਗੀ, ਨੂੰ ਮੈਂ ਥੀਏ ਮੱਕ ਰੱਖਣ ਲਈ ਈ ਆਇਆ। ਵਟ ਆਰ ਯੂ ਸਪੀਕਿੰਗ? ਤੁਸੀਂ ਕਿਹੜੀ ਭਾਸ਼ਾ 'ਚ ਗੱਲ ਕਰ ਰਹੇ ਹੋ? ਸਾਰੇ ਤਰੰਡੂ ਭਾਸ਼ਾ ਆ, ਤਰੰਡੂ ਭਾਸ਼ਾ। ਸਰ ਪੰਜਾਬ 'ਚ ਰਹਿ ਕੇ ਤਰੰਡੂ ਭਾਸ਼ਾ 'ਚ ਕਿਉਂ ਬੋਲ ਰਹੇ ਹੋ ਤੁਸੀਂ? ਸਰ ਫਿਰ ਪੰਜਾਬ 'ਚ ਰਹਿ ਕੇ ਫਿਰ ਕਿਹੜੀ ਭਾਸ਼ਾ ਬੋਲੀਏ? ਪੰਜਾਬ 'ਚ ਰਹਿ ਕੇ ਸਰ ਪੰਜਾਬੀ 'ਚ ਗੱਲ ਕਰੋ ਨਾ। ਸਰ ਗੁੱਸਾ ਨਾ ਕਰਿਓ, ਜੋ ਦਾ ਮੈਂ ਆਇਆ ਤੁਸੀਂ ਵੀ ਉਸਲੇ ਦਾ ਅੰਗਰੇਜ਼ੀ ਨੂੰ ਗੇੜਾ ਦਿੱਤਾ ਆ, ਤੁਸੀਂ ਵੀ ਤਾਂ ਪੰਜਾਬੀ 'ਚ ਗੱਲ ਕਰ ਹੀ ਸਕਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਛੋਟੀ ਜਿਹੀ ਵੀਡੀਓ ਤੁਹਾਨੂੰ ਇਸ ਕਰਕੇ ਦਿਖਾਈ ਗਈ ਆ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਸਾਡੇ ਆਲੇ ਦੁਆਲੇ ਪੰਜਾਬ ਵਿੱਚ ਰਹਿੰਦੇ ਹੋਏ ਲੋਕ ਪੰਜਾਬੀ ਭਾਸ਼ਾ ਨੂੰ ਛੱਡ ਕੇ ਹੋਰ ਭਾਸ਼ਾਵਾਂ, ਹਿੰਦੀ ਇੰਗਲਿਸ਼ ਨੂੰ ਵੱਧ ਤਵੱਜੋ ਦੇ ਰਹੇ ਆ। ਪਰ ਸਾਡਾ ਮੰਨਣਾ ਇਹ ਆ ਵੀ ਸਾਨੂੰ ਪੰਜਾਬ ਵਿੱਚ ਰਹਿੰਦੇ ਹੋਏ ਆਪਣੀ ਪੰਜਾਬੀ ਭਾਸ਼ਾ, ਆਪਣੀ ਮਾਤ ਭਾਸ਼ਾ ਨੂੰ ਬੋਲਣਾ ਚਾਹੀਦਾ ਹੈ। ਜੇ ਆਪਾਂ ਆਪਣੇ ਗੁਆਂਢੀ ਮੁਲਕ ਚਾਈਨਾ ਵੱਲ ਵੇਖੀਏ ਤਾਂ ਚਾਈਨਾ ਵਿੱਚ ਸਿਰਫ ਚਾਈਨੀਜ਼ ਭਾਸ਼ਾ ਹੀ ਬੋਲੀ ਜਾਂਦੀ ਹੈ। ਮੈਂ ਹੁਣ ਤੁਹਾਨੂੰ ਆਪਣੀ ਪੰਜਾਬੀ ਮਾਤ ਭਾਸ਼ਾ ਬਾਰੇ ਕੁਝ ਹੋਰ ਵਿਸ਼ੇਸ਼ਤਾਵਾਂ ਦੱਸਣੀਆਂ ਚਾਹੁੰਦਾ ਹਾਂ ਜੋ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਵੇਗਾ। ਪੂਰੀ ਦੁਨੀਆ ਵਿੱਚ 7000 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਸਾਡੀ ਭਾਸ਼ਾ ਨੂੰ 10ਵਾਂ ਸਥਾਨ ਪ੍ਰਾਪਤ ਹੈ। ਕੁੱਲ ਦੁਨੀਆ ਦੇ ਲਗਭਗ 15 ਕਰੋੜ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ, ਜੋ ਜਿਸ ਗੱਲ 'ਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਅਤੇ ਤੀਸਰੀ ਗੱਲ, ਕਨੇਡਾ ਇੰਗਲੈਂਡ ਵਿੱਚ ਸਾਡੀ ਪੰਜਾਬੀ ਭਾਸ਼ਾ ਨੂੰ 3ਰਾ ਸਥਾਨ ਪ੍ਰਾਪਤ ਹੈ ਅਤੇ ਆਸਟ੍ਰੇਲੀਆ ਵਿੱਚ 2ਰਾ ਸਥਾਨ ਪ੍ਰਾਪਤ ਹੈ, ਜਿਸ ਗੱਲ 'ਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਪਰ ਪਤਾ ਨਹੀਂ ਕਿਉਂ ਸਾਡੇ ਲੋਕ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਭਾਸ਼ਾ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਅਸੀਂ ਗੈਂਗ ਵੈਂਗ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀ ਤੁਹਾਨੂੰ ਇੱਕ ਵੀਡੀਓ ਰਾਹੀਂ ਮੈਸੇਜ ਦਿੱਤਾ ਜਾਵੇ। ਜੇ ਸਾਡਾ ਉਪਰਾਲਾ ਤੁਹਾਨੂੰ ਚੰਗਾ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।